ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰੇ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨ ਸੂਜੈ ਦੂਜੀ ਠਾਹਰ, ਹਰ ਪਰਿਉ ਤੋ ਦੁਆਰੀ, ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਦੇਹੋ ਵਾਰੀ। ਸਤਿਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਉ, ਰਾਖ ਲਿਹੋ ਇਹ ਬਾਰੀ। ਨਾਨਕ ਦਾਸ ਸੰਤ ਪਾਛੈ ਪਰਿਉ, ਰਾਖ ਲਿਹੋ ਇਹ ਬਾਰੀ। ਹੋਵੈ ਸਿਫਤ ਖਸਮ ਨੂਰ ਅਰਸੋਂ ਪੁਰਸੋਂ, ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕਟੀਐ, ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁੱਖ ਤੁਖਾਰ ਪੜੈ, ਵਣਤਣ ਰਸ ਸੋਖਾ, ਆਵਤ ਕੀ ਨਾਹੀ, ਮਨ ਤਨ ਵਸੈ ਮੁਖੈ। ਭੁੱਖ ਤੁਖਾਰ ਪੜੈ, ਵਣਤਣ ਰਸ ਸੋਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਕੇ ਗੁਰਬਾਣੀ ਦੀਆਂ ਦਾਤਾਂ ਕੀਰਤਨ ਦੇ ਨਾਲ, ਨਿਤਨੇਮ ਦੇ ਨਾਲ ਮਹਾਰਾਜ ਸਾਹਿਬ ਜੀ ਸਾਨੂੰ ਨਿਹਾਲ ਕਰ ਰਹੇ ਹਨ। ਵਡਭਾਗੀ ਬਣੇ ਹਾਂ ਜੋ ਸਤਿਗੁਰਾਂ ਦੀ ਗੁਰਬਾਣੀ ਸਰਵਨ ਕਰਕੇ ਮਨੁੱਖਾ ਜਨਮ ਦਾ ਲਾਭ ਪ੍ਰਾਪਤ ਕੀਤਾ ਹੈ। ਇਸ ਵੇਲੇ ਸਤਿਗੁਰੂ ਜੀ ਗੁਰਬਾਣੀ ਦੀ ਕਥਾ ਦੇ ਨਾਲ ਸਾਨੂੰ ਨਿਹਾਲ ਕਰ ਰਹੇ ਨੇ। ਮਨ ਨੂੰ ਟਿਕਾਈਏ ਗੁਰੂ ਚਰਨਾਂ ਦੇ ਅੰਦਰ, ਭਾਵਨਾ ਦੇ ਨਾਲ ਸਤਿਗੁਰਾਂ ਦੇ ਬਚਨ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁੱਖ ਤੁਖਾਰ ਪੜੈ,
ਵਣ ਤ੍ਰਿਣ ਰਾਸੋਖਾ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਗੁਰਬਾਣੀ ਨੂੰ ਉਚਾਰਨ ਕਰਕੇ ਬਖਸ਼ਿਸ਼ ਕਰਨ ਵਾਲੇ ਨੇ। ਸਤਿਗੁਰੂ ਜੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਜਿਸ ਵੇਲੇ ਬਰਾਜੇ ਹੋਏ ਸਨ, ਉਸ ਵੇਲੇ ਬਾਬਾ ਬੁੱਢਾ ਸਾਹਿਬ ਵਰਗੇ ਗੁਰੂ ਕਿਆਂ ਸਿੱਖਾਂ ਨੇ, ਭਾਈ ਲਹਿਣਾ ਸਾਹਿਬ ਵਰਗੇ ਗੁਰੂ ਕੇ ਸਿੱਖਾਂ ਨੇ ਬੇਅੰਤ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਬਾਬਾ ਰਾਮ ਥੰਮਣ ਜੀ, ਜੋ ਮਹਾਰਾਜ ਜੀਆਂ ਦੀ ਰਿਸ਼ਤੇਦਾਰੀ ਵਿੱਚੋਂ ਭੂਆ ਜੀ ਦੇ ਪੁੱਤਰ ਲੱਗਦੇ ਸਨ, ਇਹ ਵੀ ਦੱਖਣ ਦੇ ਵਿੱਚੋਂ ਵਿਚਰਦਿਆਂ ਹੋਇਆਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ। ਆ ਕੇ ਬੇਨਤੀ ਕੀਤੀ, ਮਹਾਰਾਜ ਮਨ ਕਿਵੇਂ ਸ਼ਾਂਤ ਹੋਵੇ ਇਹ ਆਪ ਜੀ ਉਪਦੇਸ਼ ਬਖਸ਼ਿਸ਼ ਕਰੋ। ਉਸ ਦੇ ਨਾਲ ਨਾਲ ਇਹ ਜੋ 12 ਮਹੀਨੇ ਹਨ ਇਹਨਾਂ ਦਾ ਵੀ ਉਪਦੇਸ਼ ਬਖਸ਼ੋ, ਤਾਂ ਕਿ ਅਸੀਂ ਉਸ ਉਪਦੇਸ਼ ਨੂੰ ਕਮਾ ਕੇ ਇਹ 12 ਮਹੀਨੇ ਇਸ ਸਾਲ ਨੂੰ ਸਫਲਾ ਬਣਾ ਲਈਏ। ਇਹ ਬੇਨਤੀ ਮਹਾਰਾਜ ਇਸ ਵੇਲੇ ਸੁਣਦੇ ਪਏ ਅਤੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬੈਠ ਕੇ ਇਹ 12 ਮਾਹ ਤੁਖਾਰੀ ਰਾਗ ਦੇ ਅੰਦਰ, ਜੋ ਕਿ ਇੱਕ ਦੇਸੀ ਰਾਗ ਹੈ, ਇਹਦੇ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਇਹ ਪੋਹ ਦਾ ਜਿਹੜਾ ਨਵਾਂ ਮਹੀਨਾ ਹੈ ਉਸਦੇ ਦੁਆਰਾ, 10ਵੇਂ ਮਹੀਨੇ ਦੁਆਰਾ ਬਖਸ਼ਿਸ਼ ਕਰਦੇ ਪਏ। ਸੋ ਮਹਾਰਾਜ ਕਹਿਣ ਲੱਗੇ, ਭਾਈ ਬਚਨ ਇਹ ਹੈ ਕਿ ਇਹ ਜਿਹੜਾ ਪੋਹ ਦਾ ਮਹੀਨਾ ਹੈ ਇਹਦੇ ਵਿੱਚ ਕੀ ਹੁੰਦਾ ਹੈ, ਤੁਖਾਰ, ਤੁਖਾਰ ਕਹੀਏ ਬਰਫ਼ ਪੈਂਦੀ ਹੈ, ਕੋਹਰਾ ਪੈਂਦਾ ਹੈ, ਪੋਖ ਤੁਖਾਰ ਪੜੈ, ਪੋਹ ਦੇ ਮਹੀਨੇ ਵਿੱਚ ਤੁਖਾਰ ਕਹੀਏ ਬਰਫ਼ ਪੈਂਦੀ ਹੈ, ਕੋਹਰਾ ਇਤਿਆਦਿਕ ਪੈਂਦਾ ਹੈ, ਐਸੀ ਇਹ ਠੰਡ ਦੇ ਦਿਨ ਹਨ। ਵਣ ਤ੍ਰਿਣ ਰਾਸੋਖਾ। ਅਤੇ ਜਦੋਂ ਬਰਫ਼ ਪੈਂਦੀ ਹੈ ਅਤੇ ਜਿਹੜੇ ਵਣ ਨੇ ਨਾ ਬਰਿਸ਼ ਉਹ ਵੀ ਸੁੱਕ ਜਾਂਦੇ, ਪੱਤੇ ਝੜ ਜਾਂਦੇ, ਬਰਫ਼ ਪੈ ਕੇ, ਕੋਹਰਾ ਪੈ ਕੇ ਜਿਹੜੇ ਰੁੱਖ ਨੇ ਉਹ ਸਾਰੇ ਸੁੱਕ ਜਾਂਦੇ, ਜਾਂ ਕਹਿ ਲਈਏ ਬਿਲਕੁਲ ਪੱਤਿਆਂ ਤੋਂ ਬਿਨਾਂ ਹੋ ਜਾਂਦੇ। ਅਤੇ ਤ੍ਰਿਣ ਨਾਮ ਘਾਹ ਦਾ ਹੈ, ਘਾਹ ਵੀ ਸੁੱਕ ਜਾਂਦਾ ਬਹੁਤੀ ਠੰਡ ਪੈਣ ਦੇ ਨਾਲ, ਫਸਲਾਂ ਵੀ ਜਿਹੜੀਆਂ ਖੜ ਜਾਂਦੀਆਂ, ਘਾਹ ਵੀ ਸੁੱਕ ਜਾਂਦਾ ਕੋਰਾ ਪੈਣ ਦੇ ਨਾਲ। ਇਹ ਇਸ ਤਰ੍ਹਾਂ ਪੋਹ ਦੇ ਮਹੀਨੇ ਵਿੱਚ ਇਹ ਸਭ ਕੁਝ ਹੁੰਦਾ ਹੈ, ਇਸੇ ਪੰਕਤੀ ਨੂੰ ਫਰਮਾਉਂਦੇ ਹਨ। ਗੁਰਮੁਖੋ, ਪੋਹ ਦਾ ਮਹੀਨਾ ਕੀ ਹੈ? ਇਹ ਜੋ ਬਿਰਧ ਅਵਸਥਾ ਆ ਜਾਣੀ, ਬੁੱਢੇ ਹੋ ਜਾਣਾ ਨਾ, ਬਜ਼ੁਰਗ ਹੋ ਜਾਣਾ, 80 ਸਾਲ ਦਾ, 90 ਸਾਲ ਦਾ ਹੋ ਗਿਆ, ਇਹ ਪੋਹ ਦਾ ਮਹੀਨਾ ਸਾਡੀ ਜ਼ਿੰਦਗੀ ਵਿੱਚ ਇਹ ਜਾਣ ਲਓ ਵੀ ਜਿਹੜਾ ਬਜ਼ੁਰਗ ਹੋ ਜਾਣਾ ਹੈ, ਬੁੱਢੇ ਹੋ ਜਾਣਾ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਇਹਦੇ ਵਿੱਚ ਤੁਖਾਰ ਪੜੈ, ਜੜਤਾ ਰੂਪੀ ਬਰਫ਼ ਪੈਂਦੀ ਪਈ ਹੈ, ਅਤੇ ਉਸਦੇ ਵਿੱਚ ਕੀ ਹੁੰਦਾ ਹੈ ਉਹ ਮਹਾਰਾਜ ਫਰਮਾਉਂਦੇ ਹਨ। ਵਣ ਇਹ ਜਿਹੜਾ ਸਾਡਾ ਸਰੀਰ ਹੈ ਇਹ ਤਾਕਤ ਤੋਂ ਸੁੱਕ ਜਾਂਦਾ, ਤਾਕਤ ਨਹੀਂ ਰਹਿ ਜਾਂਦੀ ਸਰੀਰ ਵਿੱਚ। ਸੋ ਜਿਹੜਾ ਸਰੀਰ ਜਵਾਨੀ ਦੇ ਵਿੱਚ ਬੜਾ ਬਲ ਵਾਲਾ ਸੀ ਉਹ ਹੁਣ ਬਜ਼ੁਰਗ ਹੋ ਗਿਆ, ਹੁਣ ਬਲ ਨਹੀਂ ਰਹਿ ਗਿਆ ਹੈ। ਅਤੇ ਗੁਰਮੁਖੋ, ਤ੍ਰਿਣ ਨਾਮ ਸਾਡੇ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ ਉਹ ਵੀ ਪਹਿਲਾਂ ਵਰਗੀਆਂ ਕਾਮਯਾਬ ਨਹੀਂ ਰਹਿ ਗਈਆਂ। ਜਵਾਨੀ ਦੇ ਵਿੱਚ ਕੋਈ ਐਨਕਾਂ ਲਾਉਣ ਦੀ ਲੋੜ ਨਹੀਂ ਪੈਂਦੀ, ਨਿਗਾਹ ਪੂਰੀ ਹੈ, ਕੰਨਾਂ ਨੂੰ ਸੁਣਨ ਦੀ ਪੂਰੀ ਸ਼ਕਤੀ ਕੋਲ ਹੈ, ਗਲਾ ਪੂਰਾ ਬੋਲਦਾ ਹੈ, ਦੰਦ ਪੂਰੇ ਕੰਮ ਕਰਦੇ ਨੇ, ਹੱਥ ਪੈਰ ਸਾਰੇ ਹੱਡ ਗੋਡੇ ਪੂਰੀ ਚੰਗੀ ਤਰ੍ਹਾਂ ਕੰਮ ਕਰਦੇ। ਪਰ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਇਹ ਸਾਰੇ ਸਰੀਰ ਦੇ ਅੰਗ
ਜਿਵੇਂ ਬਰਫ਼ ਪੈਣ ਦੇ ਨਾਲ ਘਾਹ ਸੁੱਕ ਜਾਂਦਾ ਹੈ, ਐਵੇਂ ਬੁਢੇਪਾ ਆਉਣ ਦੇ ਨਾਲ ਇਹ ਸਾਰੀਆਂ ਸਰੀਰ ਦੀਆਂ ਇੰਦਰੀਆਂ ਸੁੱਕ ਜਾਂਦੀਆਂ। ਅੱਖਾਂ ਤੋਂ ਦਿਸਣਾ ਘੱਟ ਜਾਂਦਾ, ਸੁਣਨਾ ਘੱਟ ਜਾਂਦਾ, ਬੋਲਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ, ਇਹ ਸਾਰੇ ਜਿਹੜੇ ਔਗਣ ਨੇ ਸਰੀਰ ਵਿੱਚ ਆ ਜਾਂਦੇ। ਮਹਾਰਾਜ ਕਹਿਣ ਲੱਗੇ, ਨੈਨੋ ਨੀਰ ਬਹਿ ਤਨ ਖੀਨਾ ਭੈ ਕੇਸ ਦੁੱਧ ਵਾਨੀ। ਅੱਖਾਂ 'ਚੋਂ ਪਾਣੀ ਵਗਦਾ, ਵਾਲ ਜਿਹੜੇ ਦੁੱਧ ਵਰਗੇ ਚਿੱਟੇ ਹੋ ਗਏ, ਰੂਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪੁਰਾਣੀ। ਗਲਾ ਵੀ ਰੋਗਿਆ, ਹੁਣ ਬੋਲਿਆ ਨਹੀਂ ਜਾਂਦਾ, ਹੁਣ ਬੰਦਿਆ ਕੀ ਕਰੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਪੋਹ ਦਾ ਮਹੀਨਾ ਅਤੇ ਜਿਹੜਾ ਤੂੰ ਬਜ਼ੁਰਗ ਹੋ ਗਿਆ, ਇਹ ਪੋਹ ਦਾ ਮਹੀਨਾ ਸਮਝ ਲੈ। ਪੋਹ ਦੇ ਮਹੀਨੇ ਵਿੱਚ ਕੋਰਾ ਬਰਫ਼ ਪੈਂਦੀ ਹੈ, ਇਹ ਜੋ ਜੜਤਾ ਹੈ ਨਾ ਸਰੀਰ ਖੜ੍ਹ ਜਾਣਾ, ਇਹੋ ਹੀ ਕਹਿੰਦੇ ਵੀ ਬਰਫ਼ ਪੈਂਦੀ ਪਈ ਹੈ। ਵਣ ਜੋ ਤੇਰਾ ਸਰੀਰ ਹੈ ਅਤੇ ਤ੍ਰਿਣ ਜੋ ਸਰੀਰ ਦੀਆਂ ਇੰਦਰੀਆਂ ਹਨ, ਇਹ ਕਮਜ਼ੋਰ ਪੈ ਜਾਂਦੀਆਂ, ਸਰੀਰ ਵੀ ਕਮਜ਼ੋਰ ਪੈ ਜਾਂਦਾ। ਬਾਬਾ ਫਰੀਦ ਸਾਹਿਬ ਜੀ ਨੇ ਗੁਰਬਾਣੀ ਅੰਦਰ ਬਚਨ ਬਖਸ਼ਿਸ਼ ਕੀਤਾ, ਕਹਿਣ ਲੱਗੇ ਭਾਈ ਫਰੀਦਾ ਇੰਨੀ ਨਿੱਕੀ ਜੰਗੀ ਆ, ਦਲ ਥਲ ਠੂੰਗ ਥਲ ਡੂੰਗਰ ਭਵਿਓਮ ਆਜ ਫਰੀਦਾ ਕੂਜੜਾ ਸਹਿ ਕੂਹਾਂ ਥੀਓ। ਕਦੇ ਇਹਨਾਂ ਲੱਤਾਂ ਨਾਲ ਬੜੀਆਂ ਛਾਲਾਂ ਮਾਰੀਆਂ, ਅੱਜ ਤੁਰਨਾ ਮੁਸ਼ਕਲ ਹੋ ਗਿਆ। ਮਹਾਰਾਜ ਕਹਿੰਦੇ, ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਚੜ ਪਾਏ। ਰੁੱਤ ਬਦਲਦੀ ਹੈ ਨਾ, ਪੱਤ ਝੜ ਆਉਂਦੀ ਹੈ, ਉਸ ਵੇਲੇ ਬਾਗਾਂ ਦੇ ਪੱਤੇ ਟੁੱਟ ਜਾਂਦੇ, ਫਲ ਵੀ ਟੁੱਟ ਜਾਂਦੇ, ਐਂ ਰੁੰਡ ਮੁੰਡ ਜਿਹੜੇ ਰੁੱਖ ਹੋ ਜਾਂਦੇ, ਬਿਲਕੁਲ ਨੰਗੇ ਹੋ ਜਾਂਦੇ। ਮਹਾਰਾਜ ਕਹਿਣ ਲੱਗੇ, ਭਾਈ ਇਸੇ ਤਰ੍ਹਾਂ ਇਹ ਰੁੱਤ ਕਿਹੜੀ ਫਿਰੀ ਹੈ, ਜੋ ਤਿਰ 'ਤੇ ਬਜ਼ੁਰਗ ਅਵਸਥਾ ਆ ਗਈ, ਬੁੱਢਾ ਹੋ ਗਿਆ, ਇਹੋ ਹੀ ਰੁੱਤ ਫਿਰੀ ਹੈ। ਰੁੱਤ ਫਿਰੀ ਵਣ ਕੰਬਿਆ, ਇਹ ਜਿਹੜਾ ਤੇਰਾ ਸਰੀਰ ਹੈ ਕੰਬਣ ਲੱਗ ਪਿਆ, ਹੁਣ ਹੱਥ ਵੀ ਕੰਬਦੇ ਪਏ, ਸੀਸ ਚਰਨ ਕਰ ਕੰਪਣ ਲੱਗ ਗਏ, ਮਾਇਆ ਮੰਦਰ ਛੋੜ ਚੱਲਿਓ, ਗੁਰਬਾਣੀ ਦਾ ਬਚਨ ਹੈ ਨਾ। ਪੈਰ ਵੀ ਹੁਣ ਜੇ ਰੱਖਦਾ ਤਾਂ ਉਹ ਵੀ ਕੰਬਦੇ ਪਏ, ਭਾਰ ਨਹੀਂ ਚੁੱਕਦੇ ਪਏ, ਹੱਥਾਂ ਦੇ ਨਾਲ ਕੁਝ ਹੁੰਦਾ ਨਹੀਂ, ਹੱਥ ਵੀ ਕੰਬਦੇ ਪਏ, ਸੀਸ ਚਰਨ ਕਰ ਕੰਪਣ ਲੱਗ ਗਏ, ਸਿਰ ਵੀ ਕੰਬਦਾ ਪਿਆ, ਆਪਣੇ ਆਪ ਹੀ ਹਿੱਲੀ ਜਾਂਦਾ ਹੈ। ਮਹਾਰਾਜ ਕਹਿੰਦਾ, ਪੱਤ ਝੜੇ ਝੜ ਪਾਹੇ, ਇਹ ਪੱਤਿਆਂ ਦਾ ਝੜਨਾ ਇਹ ਹੈ ਜਿਹੜਾ ਸਰੀਰ ਕਮਜ਼ੋਰ ਪੈ ਗਿਆ। ਚਾਰੇ ਕੁੰਡਾਂ ਢੂੰਡੀਆਂ, ਚਾਰੇ ਦਿਸ਼ਾਵਾਂ ਦੇ ਵਿੱਚ ਵੇਖ ਲਿਆ ਜਾ ਕੇ, ਉੱਤਰ ਦੱਖਣ ਪੂਰਬ ਪੱਛਮ ਦੇ ਵਿੱਚ, ਪਰ ਰਹਿਣ ਕਿ ਥਾਊ ਨਾ ਹੈ, ਕਿਸੇ ਨੇ ਦੁਨੀਆ 'ਤੇ ਰਹਿਣਾ ਨੇ। ਦੱਖਣ ਵਿੱਚ ਵਸਣ ਵਾਲੇ ਉਹ ਵੀ ਚਲੇ ਜਾਣਗੇ, ਉੱਤਰ ਵਿੱਚ ਰਹਿਣ ਵਾਲੇ ਉਹ ਵੀ ਚਲੇ ਜਾਣਗੇ, ਪੂਰਬ ਪੱਛਮ ਕਿਸੇ ਵੀ ਦਿਸ਼ਾ ਵਿੱਚ ਕਿਸੇ ਵੀ ਦੇਸ਼ ਵਿੱਚ ਕੋਈ ਰਹਿੰਦਾ ਹੋਵੇ। ਮਹਾਰਾਜ ਕਹਿੰਦੇ, ਚਲੇ ਸਾਰਿਆਂ ਨੇ ਜਾਣਾ, ਰਹਿਣਾ ਨਹੀਂ ਕਿਸੇ ਨੇ। ਸੋ ਪਾਤਸ਼ਾਹ ਕਹਿਣ ਲੱਗੇ, ਫਰੀਦਾ ਅੱਖੀਂ ਦੇਖ ਪਤੀਨੀਆਂ, ਸੁਣ ਸੁਣ ਰੀਨੇ ਕੰਨ। ਅੱਖਾਂ ਵੇਖਦੀਆਂ ਵੇਖਦੀਆਂ ਪਤੀਨੀਆਂ ਕਹੀਏ ਪਤਲੀਆਂ ਹੋ ਗਈਆਂ, ਹੁਣ ਵੇਖਣੋਂ ਘੱਟ ਗਿਆ ਹੈ। ਸੁਣ ਸੁਣ ਰੀਨੇ ਕੰਨ, ਕੰਨ ਜਿਹੜੇ ਦੂਰੋਂ ਆਵਾਜ਼ ਸੁਣ ਲੈਂਦੇ, ਹੁਣ ਉਹ ਵੀ ਬਹਿ ਗਏ, ਉਹ ਵੀ ਸੁਣਨ ਦੀ ਸਮਰੱਥਾ ਨਹੀਂ ਰੱਖਦੇ। ਸਾਖ ਪਕੰਦੀ ਆਈ ਆ ਹੋਰ ਕਰਿੰਦੀ ਬਣ, ਜਿਵੇਂ ਫਸਲ ਪੱਕਦੀ ਹੈ ਨਾ ਗੁਰਮੁਖੋ, ਪਹਿਲਾਂ ਫਸਲ ਹਰੀ ਹੁੰਦੀ ਹੈ, ਪੱਕਦਿਆਂ ਪੱਕਦਿਆਂ ਫਿਰ ਸੁਨਹਿਰੀ ਹੋ ਜਾਂਦੀ ਹੈ, ਇਸੇ ਤਰ੍ਹਾਂ ਇਹ ਤੇਰੇ ਸਰੀਰ ਦੇ ਉੱਪਰ ਅਵਸਥਾ ਆਉਂਦੀ ਹੈ। ਕਦੇ ਸਰੀਰ 'ਤੇ ਭਰ ਜੋਬਣ ਕਾਲੇ ਕੇਸ ਨੇ, ਭਰ ਜਵਾਨੀ ਹੈ, ਸਾਖ ਪਕੰਦੀ ਆਈ ਹੈ, ਜਿਵੇਂ ਜਿਵੇਂ ਸਰੀਰ ਪੱਕਦਾ ਹੋਰ ਕਰਿੰਦੀ ਵੰਨ, ਹੋਰ ਦੇ ਹੋਰ ਸਰੀਰ ਦੇ ਰੰਗ ਹੋਈ ਜਾਂਦੇ, ਅਤੇ ਫਿਰ ਇੰਨਾ ਪੱਕ ਜਾਂਦਾ ਵੀ ਆਪਣੇ ਆਪ ਹੀ ਟੁੱਟ ਕੇ ਫਿਰ ਡਿੱਗ ਪੈਂਦਾ ਹੈ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ, ਭਾਈ ਇਹ ਜਿਹੜਾ ਪੋਹ ਦਾ ਮਹੀਨਾ ਹੈ, ਇਹ ਤਾਂ ਤੇਰਾ ਸਰੀਰ ਹੈ, ਪੋਹ ਦੇ ਮਹੀਨੇ ਬਰਫ਼ ਪੈਂਦੀ ਹੈ, ਇਹ ਜਿਹੜਾ ਤੇਰਾ ਸਰੀਰ ਜੜ ਹੁੰਦਾ ਜਾ ਰਿਹਾ, ਇਹ ਬਰਫ਼ ਪੈਂਦੀ ਪਈ ਹੈ, ਪੋਹ ਦੇ ਮਹੀਨੇ ਰੁੱਖ ਸੁੱਕ ਜਾਂਦੇ, ਘਾਹ ਸੁੱਕ ਜਾਂਦਾ ਹੈ, ਇਹ ਤੇਰਾ ਸਰੀਰ ਕਮਜ਼ੋਰ ਪੈ ਗਿਆ, ਇਹ ਸੁੱਕਣਾ ਹੈ, ਸਰੀਰ ਦੀਆਂ ਇੰਦਰੀਆਂ ਤੇਰੀਆਂ ਕਮਜ਼ੋਰ ਪੈ ਗਈਆਂ,
ਇਹ ਸਭ ਕੁਝ ਤੇਰੇ ਨਾਲ ਹੁੰਦਾ ਪਿਆ, ਉਪਦੇਸ਼ ਦਿੰਦੇ ਹਨ। ਭਾਵਤ ਕੀ ਨਹੀਂ ਮਹਾਰਾਜ ਦੇ ਅੱਗੇ ਬੇਨਤੀ ਕਰ, ਹੇ ਪਰਮਾਤਮਾ ਐਸੀ ਅਵਸਥਾ ਹੋ ਗਈ ਹੈ, ਆਪ ਜੀ ਮੇਰੇ ਪਾਸ ਆਉਂਦੇ ਕਿਉਂ ਨਹੀਂ? ਅਵਸਥਾ ਤਾਂ ਇਹ ਹੋ ਗਈ ਹੈ ਵੀ ਸਰੀਰ ਚੱਲਣੋਂ ਰਹਿ ਗਿਆ, ਦੇਖਣੋਂ ਰਹਿ ਗਿਆ, ਬੋਲਣੋਂ ਰਹਿ ਗਿਆ, ਇੰਨਾ ਬਜ਼ੁਰਗ ਹੋ ਗਿਆ, ਮਹਾਰਾਜ ਅਜੇ ਆਉਂਦੇ ਕਿਉਂ ਨਹੀਂ ਆਪ ਮੈਨੂੰ ਮਿਲਣ ਵਾਸਤੇ? ਅਤੇ ਪਾਤਸ਼ਾਹ ਉਸ ਵੇਲੇ ਬਖਸ਼ਿਸ਼ ਕਰਦੇ ਹਨ, ਮਹਾਰਾਜ ਆਪ ਮੇਰੇ ਕੋਲ ਆਉਂਦੇ ਵੀ ਨਹੀਂ, ਆਪ ਮੇਰੇ ਤੋਂ ਦੂਰ ਵੀ ਨਹੀਂ, ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ, ਮੇਰੇ ਨੇੜੇ ਨਹੀਂ ਮੈਨੂੰ ਮਿਲੇ ਵੀ ਨਹੀਂ, ਮੇਰੇ ਤੋਂ ਦੂਰ ਵੀ ਨਹੀਂ, ਹੋ ਆਪ ਹੋ ਮੇਰੇ ਨਾਲ, ਪਾਤਸ਼ਾਹ ਦੂਰ ਵੀ ਨਹੀਂ, ਆਪ ਮੇਰੇ ਮਨ ਵਿੱਚ ਵੀ ਵਸੇ ਹੋਏ, ਮੇਰੇ ਤਨ ਵਿੱਚ ਵੀ ਵਸੇ ਹੋਏ, ਮੇਰੇ ਮੁੱਖੋਂ ਜਿਹੜੇ ਬਚਨ ਨਿਕਲਦੇ ਪਏ ਇਹ ਬਚਨਾਂ ਵਿੱਚ ਵੀ ਆਪ ਵਸੇ ਹੋਏ, ਮਹਾਰਾਜ ਸਾਰਿਆਂ ਸਰੀਰ ਦੀਆਂ ਇੰਦਰੀਆਂ ਨੂੰ, ਇਹ ਤੁਹਾਡੀ ਚੇਤਨ ਸਤਾ ਜੇ ਬੋਲਦਾ ਪਿਆ ਇਹ ਵੀ ਤੁਹਾਡੀ ਤਾਕਤ ਕੰਮ ਕਰਦੀ ਹੈ, ਜੇ ਮੈਂ ਸੁਣਦਾ ਪਿਆ ਇਹ ਵੀ ਤੁਹਾਡੀ ਤਾਕਤ ਕੰਮ ਕਰਦੀ ਪਈ ਹੈ, ਇਹ ਸਭ ਕੁਝ ਆਪ ਕਰਨ ਵਾਲੇ ਹੋ। ਮਰਦਨ ਰਵ ਰਹਿਆ ਜਗ ਜੀਵਨ, ਉਹ ਜੋ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਹੈ ਉਹ ਮਨ ਵਿੱਚ ਤਨ ਵਿੱਚ ਵਸਿਆ ਹੋਇਆ ਹੈ, ਅਤੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਉਪਦੇਸ਼ ਨੂੰ ਗ੍ਰਹਿਣ ਕੀਤਾ ਹੈ ਉਹ ਫਿਰ ਜਗਿਆਸੂ ਰੂਪ ਇਸਤਰੀ ਜਿਹੜੀ ਹੈ ਉਹ ਰੰਗ ਮਾਣੀ ਕਹੀਏ ਆਨੰਦ ਨੂੰ ਮਾਣਦੀ ਹੈ, ਜਿਨ੍ਹਾਂ ਨੇ ਜਗਤ ਦੇ ਜੀਵਨ ਪਰਮਾਤਮਾ ਨੂੰ ਮਨ ਵਿੱਚ ਵਸਾਇਆ ਹੈ ਉਹ ਗੁਰਮੁਖ ਉਸ ਦੇ ਆਨੰਦ ਨੂੰ ਮਾਣਦੇ ਹਨ। ਕੱਟ ਕੱਟ ਜੋ ਸਮਾਣੀ ਅੰਡਜ ਜੋ ਆਂਡਿਆਂ ਤੋਂ ਪੈਦਾ ਹੁੰਦੀ ਹੈ ਸ੍ਰਿਸ਼ਟੀ, ਜਿਹੜੀ ਜੇਰ ਤੋਂ ਪੈਦਾ ਹੁੰਦੀ ਹੈ, ਸੇਤਜ ਕਹੀਏ ਪਸੀਨੇ ਤੋਂ ਪੈਦਾ ਹੋਣ ਵਾਲੇ, ਉਤਪਜ ਕਹੀਏ ਮਿੱਟੀ ਤੋਂ ਪੈਦਾ ਹੋਣ ਵਾਲੇ, ਇਹ ਜਿਹੜੀਆਂ ਚਾਰ ਖਾਣੀਆਂ ਹਨ ਇਹਨਾਂ ਚਾਰ ਖਾਣੀਆਂ ਦੇ ਅੰਦਰ ਘਾਟ ਜੋ ਸਮਾਣੀ ਹਰੇਕ ਘਾਟ ਹਿਰਦੇ ਵਿੱਚ ਤੁਹਾਡੀ ਜੋਤ ਸਮਾਈ ਹੋਈ ਹੈ, ਹਰੇਕ ਦੇ ਵਿੱਚ ਤੁਸੀਂ ਸਮਾਏ ਹੋਏ ਹੋ ਪਰਮਾਤਮਾ, ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ। ਸਤਿਗੁਰੂ ਜਿਹੜੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਉਹਨਾਂ ਦੇ ਘੱਟ ਘੱਟ ਉਹਨਾਂ ਦੇ ਘੱਟ ਵਿੱਚ ਵੀ ਆਪ ਸਮਾਏ, ਆਂਡਿਆਂ ਤੋਂ ਪੈਦਾ ਹੋਣ ਵਾਲੇ ਸੱਪ ਨੇ ਕਿਰਲੀਆਂ ਨੇ, ਇਸੇ ਤਰ੍ਹਾਂ ਮੁਰਗੀਆਂ ਮੁਰਗੇ ਕਬੂਤਰ ਇਹ ਸਾਰੇ ਕਾਂ ਚਿੜੀਆਂ ਵਗੈਰਾ ਆਂਡਿਆਂ ਤੋਂ ਹੀ ਪੈਦਾ ਹੁੰਦੇ ਨਾ, ਇਹਨਾਂ ਸਾਰਿਆਂ ਦੇ ਘੱਟ ਕਹੀਏ ਹਿਰਦੇ ਵਿੱਚ ਤੁਸੀਂ ਸਮਾਏ ਹੋਏ, ਮਨ ਦੇ ਵਿੱਚ ਸਾਰਿਆਂ ਦੇ ਤੁਸੀਂ ਬੈਠੇ ਹੋ। ਜਿਹੜੇ ਜੇਰ ਤੋਂ ਪੈਦਾ ਹੋਣ ਵਾਲੇ ਮੱਝਾਂ ਗਾਵਾਂ ਊਠ ਹਾਥੀ ਘੋੜੇ, ਮਹਾਰਾਜ ਇਹਨਾਂ ਸਾਰਿਆਂ ਦੇ ਵੀ ਆਪ ਘੱਟ ਹਿਰਦੇ ਵਿੱਚ ਸਮਾਏ ਹੋਏ, ਇਹਨਾਂ ਦੇ ਅੰਦਰ ਵੀ ਤੁਹਾਡੀ ਜੋਤ ਹੈ। ਜਿਹੜੇ ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਚੰਮ ਜੂਆਂ ਚਿਚੜੇ ਅਤੇ ਆਦਿਕ, ਇਹਨਾਂ ਵਿੱਚ ਵੀ ਮਹਾਰਾਜ ਤੁਹਾਡਾ ਹੀ ਨਿਵਾਸ ਹੈ, ਇਹਨਾਂ ਦੇ ਹਿਰਦੇ ਵਿੱਚ ਮਨ ਵਿੱਚ ਤੁਸੀਂ ਵੱਸਦੇ ਪਏ ਸਰੀਰ ਦੇ ਅੰਦਰ। ਉਤਭੁਜ ਜਿਹੜੀ ਬਨਸਪਤੀ ਹੈ ਰੁੱਖ ਨੇ ਫਸਲਾਂ ਇਤਿਹਾਸਿਕ ਫਲ ਵਗੈਰਾ, ਇਹਨਾਂ ਸਾਰਿਆਂ ਦੇ ਘੱਟ ਘੱਟ ਇਹਨਾਂ ਸਾਰਿਆਂ ਦੇ ਵਿੱਚ ਆਪ ਵਸੇ ਹੋਏ ਹੋ, ਆਪ ਜੀ ਦੀ ਜੋਤ ਕਹੀਏ ਚੇਤਨ ਸਤਾ ਇਹਨਾਂ ਸਾਰਿਆਂ ਵਿੱਚ ਸਮਾਈ ਹੋਈ ਹੈ। ਦਰਸ਼ਨ ਦੇਹੋ ਦਇਆ ਪਤਦਾਤੇ, ਇਹ ਦਇਆ ਕਰਨ ਵਾਲੇ ਸਾਰਿਆਂ ਦੇ ਉੱਪਰ ਇਹ ਪਤੀ ਕਹੀਏ ਮਾਲਕ, ਦਇਆ ਕਰਨ ਵਾਲੇ ਮਾਲਕ ਪਰਮਾਤਮਾ ਮੇਰੇ ਉੱਪਰ ਦਇਆ ਕਰੋ, ਮੇਰੇ ਉੱਪਰ ਕਿਰਪਾ ਕਰੋ, ਬਖਸ਼ਿਸ਼ ਕਰੋ। ਗਤ ਪਾਵੋ ਮਤ ਦੇਹੋ, ਮਹਾਰਾਜ ਇਹ ਮੈਨੂੰ ਕਿਰਪਾ ਕਰਕੇ ਆਪ ਮਤ ਦੇ ਦਿਓ ਕਿ ਮੈਂ ਤੁਹਾਡੀ ਬੰਦਗੀ ਕਰ ਸਕਾਂ, ਨਾਮ ਜਪ ਸਕਾਂ,
ਤਾਂ ਕਿ ਮੈਨੂੰ ਗਤ ਕਹੀਏ ਮੁਕਤੀ ਪ੍ਰਾਪਤ ਹੋਵੇ। ਇਹ ਜੋ ਮੁਕਤੀ ਦੀ ਦਾਤ ਹੈ ਇਹ ਮੈਨੂੰ ਪ੍ਰਾਪਤ ਹੋਵੇ। ਸਤਿਗੁਰੂ ਕਿਰਪਾ ਕਰੋ, ਇਹੋ ਹੀ ਮੈਨੂੰ ਆਤਮ ਵਿਸ਼ੈਣੀ ਮਤ ਦੇ ਦਿਓ, ਜਿਸ ਕਰਕੇ ਮੈਂ ਆਪ ਜੀ ਦੀ ਬੰਦਗੀ ਨੂੰ ਕਰਨਾ ਕਰਾਂ। ਨਾਨਕ ਰੰਗ ਰਵੇ ਰਸ ਰਸੀਆ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਜਿਹੜਾ ਰਸ ਰਸੀਆ, ਸਾਰਿਆਂ ਰਸਾਂ ਦੇ ਵਿੱਚ ਰਸੇ ਹੋਏ ਜਿਹੜੇ ਪਰਮਾਤਮਾ ਹਨ, ਉਹਨਾਂ ਦੇ ਅੱਗੇ ਬੇਨਤੀ ਕਰ ਰਿਹਾ, ਸਤਿਗੁਰੂ ਕਿਰਪਾ ਕਰੋ ਅਸਿਓ ਪ੍ਰੀਤ ਸਨੇਹੋ, ਮੇਰਾ ਹਰੀ ਪਰਮਾਤਮਾ ਦੇ ਨਾਲ ਪ੍ਰੀਤੀ ਬਣ ਜਾਵੇ, ਪ੍ਰੇਮ ਬਣ ਜਾਵੇ, ਐਸਾ ਸਨੇਹ ਬਣ ਜਾਵੇ, ਆਪ ਕਿਰਪਾ ਕਰੋ। ਇਹ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ, ਪ੍ਰੀਤ ਸੁਨੇਹੋ, ਆਪ ਜੀ ਦੇ ਨਾਲ ਪ੍ਰੀਤੀ ਬਣ ਜਾਵੇ, ਇਹੋ ਹੀ ਮੇਰਾ ਸੁਨੇਹ ਹੋਵੇ ਕਿ ਉਹ ਆਪ ਜੀ ਦੀ ਬੰਦਗੀ ਕਰਨੀ ਕਰਾਂ। ਮਾਘ ਦੇ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰਦੇ। ਸੋ ਗੁਰਮੁਖੋ ਕਹਿੰਦੇ ਮਾਘ ਦੇ ਮਹੀਨੇ ਨਾ, ਸੋ ਜਿਹੜੀ ਮਕਰ ਰਾਸ਼ੀ ਹੈ ਉਹਦੇ ਵਿੱਚ ਸੂਰਜ ਗ੍ਰਹਿਣ ਲੱਗਦਾ ਹੈ, ਜੋਤਸ਼ੀਆਂ ਦਾ ਇੱਕ ਮਤ ਹੈ। ਸਾਡੇ ਵਿੱਚ ਵੀ ਕੁਝ ਲੋਕ ਇਹ ਬੜਾ ਯਤਨ ਕਰਦੇ ਵੀ ਮਾਘ ਦਾ ਮਹੀਨਾ ਬੜਾ ਪਵਿੱਤਰ ਹੈ, ਮਾਘ ਦੇ ਮਹੀਨੇ ਇਹ ਕਰਨਾ ਚਾਹੀਦਾ। ਇਹ ਮਾਘ ਦਾ ਮਹੀਨਾ ਸਨਾਤਨ ਮਤ ਦੇ ਮੁਤਾਬਕ, ਹਿੰਦੂ ਮਤ ਦੇ ਮੁਤਾਬਕ ਪਵਿੱਤਰ ਮੰਨਿਆ ਜਾਂਦਾ। ਗੁਰਮਤ ਵਿੱਚ ਐਸੀ ਕੋਈ ਵਿਚਾਰ ਨਹੀਂ ਹੈ ਮਾਘ ਅਤੇ ਪੋਹ ਦੀ, ਸਾਰੇ ਮਹੀਨੇ ਸਫਲੇ ਗੁਰੂ ਕਿਰਪਾ ਦੇ ਨਾਲ ਹੁੰਦੇ। ਮਹਾਰਾਜ ਕਹਿੰਦੇ ਜਦੋਂ ਮਾਘ ਦਾ ਮਹੀਨਾ ਆਉਂਦਾ ਹੈ ਉਦੋਂ ਮਕਰ ਰਾਸ਼ੀ ਦੇ ਵਿੱਚ ਸੂਰਜ ਗ੍ਰਹਿਣ ਲੱਗਦਾ ਹੈ, ਅਤੇ ਫਿਰ ਕਹਿਣ ਲੱਗੇ ਉਸ ਵੇਲੇ ਲੋਕ ਪ੍ਰਾਗਰਾਗ 'ਤੇ ਜਾ ਕੇ, ਪ੍ਰਾਗਰਾਗ ਇੱਕ ਤੀਰਥ ਹੈ ਸਨਾਤਨ ਮਤ ਦਾ, ਉੱਥੇ ਤਿੰਨ ਨਦੀਆਂ ਦਾ ਮੇਲ ਹੁੰਦਾ ਹੈ, ਗੰਗਾ, ਜਮੁਨਾ ਅਤੇ ਸੁਰਸਤੀ। ਉੱਥੇ ਫਿਰ ਜਾ ਕੇ ਲੋਕ ਇਸ਼ਨਾਨ ਕਰਦੇ ਅਤੇ ਉਹਦਾ ਫਲ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਭਾਈ ਮਾਘ ਪੁਨੀਤ ਭਾਈ, ਮਾਘ ਦੇ ਮਹੀਨੇ ਮਕਰ ਰਾਸ਼ੀ ਦੇ ਅੰਦਰ ਜਦੋਂ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਉਦੋਂ ਲੋਕ ਜਾ ਕੇ ਇਸ਼ਨਾਨ ਕਰਦੇ ਅਤੇ ਕਹਿਣ ਲੱਗੇ ਵੀ ਪੁਨੀਤ ਅਸੀਂ ਪਵਿੱਤਰ ਹੋ ਗਏ। ਹਾਂ, ਇਸ ਤਰ੍ਹਾਂ ਉਹ ਕਹਿੰਦੇ ਵੀ ਭਾਈ ਇਹ ਅਸੀਂ ਤੀਰਥ ਦਾ ਇਸ਼ਨਾਨ ਕੀਤਾ। ਮਹਾਰਾਜ ਸਾਹਿਬ ਜੀ ਜਿਹੜਾ ਅੰਤਰੀਵ ਤੀਰਥ ਹੈ ਉਹ ਦੱਸੋ, ਅਤੇ ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਸਤੋ ਗੁਣ ਧਾਰਨ ਕਰਨਾ, ਸੱਚ ਬੋਲਣਾ ਹੈ, ਸਤ ਪ੍ਰਤੱਗੀ ਰਹਿਣਾ, ਇਹ ਹੈ ਮਾਘ ਦਾ ਮਹੀਨਾ ਗੁਰੂ ਕਿਹਾ ਸਿੱਖਾ। ਜਿਹੜੀ ਸ਼ਰਧਾ ਰੱਖਣੀ ਆਪਣੇ ਗੁਰੂ ਦੇ ਉੱਪਰ ਪੂਰਨ ਤੌਰ 'ਤੇ ਕਿ ਮੇਰਾ ਗੁਰੂ ਸਮਰੱਥ ਮੇਰੀ ਝੋਲੀ ਭਰ ਦੇਵੇਗਾ, ਇਹ ਮਕਰ ਰਾਸ਼ੀ ਤੂੰ ਜਾਣ ਲੈਣਾ ਕਰ। ਅਤੇ ਜਿਹੜਾ ਗਿਆਨ ਪ੍ਰਾਪਤ ਕਰਨਾ ਹੈ, ਇਹ ਕਹੀਏ ਵੀ ਗਿਆਨ ਪ੍ਰਾਪਤ ਹੋਣਾ ਇਹੋ ਹੀ ਗਿਆਨ ਰੂਪੀ ਸੂਰਜ ਹੈ, ਇਹ ਹਮੇਸ਼ਾ ਹੀ ਪਰਬ ਲੱਗਾ ਰਹਿੰਦਾ ਗੁਰੂ ਚਰਨਾਂ ਦੇ ਵਿੱਚ। ਸਤੋ ਗੁਣ ਦਾ ਸੁਭਾਵ ਹੋਣਾ, ਸ਼ਰਧਾ ਹੋਣੀ, ਗਿਆਨ ਹੋਣਾ। ਸੋ ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ। ਮਹਾਰਾਜ ਕਹਿੰਦੇ ਮਾਘ ਪੁਨੀਤ ਭਾਈ, ਇਸ ਤਰ੍ਹਾਂ ਗੁਰਮੁਖਾਂ ਦਾ ਮਾਘ ਦਾ ਮਹੀਨਾ ਪਵਿੱਤਰ ਹੈ। ਤੀਰਥ ਅੰਤਰ ਜਾਣਿਆ, ਇਹ ਜਿਹੜਾ ਸੰਤ ਸਮਾਗਮ ਹੈ, ਸਾਧੂਆਂ ਦੀ ਸੰਗਤ ਵਿੱਚ ਬੈਠਣਾ, ਸਤ ਸੰਗਤ ਵਿੱਚ ਕਥਾ ਕੀਰਤਨ ਸੁਣਨਾ, ਇਹੋ ਹੀ ਗੁਰਮੁਖੋਂ ਸਭ ਤੋਂ ਵੱਡਾ ਤੀਰਥ ਹੈ। ਇਹ ਸ਼ਾਸਤਰਾਂ ਦਾ ਨਿਯਮ, ਜਿਵੇਂ ਮਕਰ ਰਾਸ਼ੀ ਵਿੱਚ ਸੂਰਜ ਗ੍ਰਹਿਣ ਲੱਗਦਾ ਹੈ, ਤਿਵੇਂ ਸ਼ਰਧਾ ਰੂਪੀ ਮਕਰ ਰਾਸ਼ੀ ਵਿੱਚ ਗਿਆਨ ਰੂਪੀ ਸੂਰਜ ਦੀ ਪ੍ਰਾਪਤੀ ਹੁੰਦੀ ਹੈ। ਐਸੀ ਸਤਿਗੁਰੂ ਕਿਰਪਾ ਕਰਦੇ, ਐਸੀ ਦਾਤ ਮਿਲਦੀ ਹੈ। ਗੁਰਮੁਖੋ ਪ੍ਰਾਗਰਾਗ 'ਤੇ ਜਾਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ, ਹਰੇਕ ਬੰਦਾ ਨਹੀਂ ਜਾ ਸਕਦਾ, ਉਹਦੇ ਵਾਸਤੇ ਮਾਇਆ ਵੀ ਚਾਹੀਦੀ ਹੈ ਅਤੇ ਉਹਦੇ ਵਾਸਤੇ ਜਾਣਾ ਵੀ ਬੜਾ ਔਖਾ ਹੈ, ਸਾਰੇ ਨਹੀਂ, ਸਰੀਰ ਵੀ ਤਕੜਾ ਹੋਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਪਰ ਜਿਹੜਾ ਇਹ ਸਤ ਸੰਗਤ ਰੂਪੀ ਹੈ ਨਾ ਪ੍ਰਾਗਰਾਜ, ਇਹ ਬੜਾ ਸੌਖਾ ਹੈ,
ਇੱਥੇ ਆਉਣ ਵਾਸਤੇ ਤੁਹਾਨੂੰ ਮਾਇਆ ਦੀ ਵੀ ਲੋੜ ਨਹੀਂ, ਆਪ ਜਦੋਂ ਮਰਜ਼ੀ ਆ ਕੇ ਸੰਗਤ ਵਿੱਚ ਬੈਠੋ। ਸੰਗਤ ਵਿੱਚ ਆਉਣ ਵਾਸਤੇ ਸਰੀਰ ਦੀ ਬਹੁਤੀ ਮੁਸ਼ਕਤ ਵੀ ਨਹੀਂ ਕਰਨੀ ਪੈਂਦੀ, ਬਹੁਤੀ ਮਿਹਨਤ ਨਹੀਂ, ਆਰਾਮ ਨਾਲ ਤੁਰੇ ਆਏ ਅਤੇ ਆ ਕੇ ਬੈਠ ਗਏ। ਸੋ ਜਿਹੜਾ ਪ੍ਰਾਗਰਾਜ ਹੈ ਗੁਰਮੁਖੋ, ਉਹ ਇੱਕ ਥਾਂ 'ਤੇ ਹੀ ਹੈ, ਉੱਥੇ ਚੱਲ ਕੇ ਜਾਣਾ ਪਵੇਗਾ ਤੁਹਾਨੂੰ। ਪਰ ਇਹ ਜਿਹੜੀ ਸੰਗਤ ਹੈ ਨਾ, ਇਹ ਤਾਂ ਥਾਵਾਂ ਥਾਵਾਂ 'ਤੇ ਹੀ ਹੋ ਰਹੀ ਹੈ, ਜਿੱਥੇ ਵੀ ਤੁਸੀਂ ਜਾਓਗੇ ਉੱਥੇ ਕਿਤੇ ਨਾ ਕਿਤੇ ਕਥਾ ਕੀਰਤਨ ਗੁਰਬਾਣੀ ਇਹ ਆਨੰਦ ਬਣਿਆ ਹੀ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਇਹ ਜਿਹੜਾ ਗੁਰੂ ਨੇ ਇਹ ਪ੍ਰਾਗਰਾਜ ਲਾਇਆ ਨਾ, ਗੁਰੂ ਕੀ ਸੰਗਤ, ਇਹੋ ਹੀ ਸਭ ਤੋਂ ਸ੍ਰੇਸ਼ਟ ਹੈ। ਸਾਜਨ ਸਹਿਜ ਮਿਲੇ ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜੇ ਸੰਤ ਮਹਾਤਮਾ ਗੁਰਮੁਖ ਹਨ, ਇਹ ਸਤਸੰਗਤ ਰੂਪੀ ਤੀਰਥ 'ਤੇ ਸਹਿਜ ਮਿਲੇ, ਸੁਭਾਵਕ ਹੀ ਸੁਲਭ ਹੀ ਛੇਤੀ ਹੀ ਮਿਲ ਗਏ ਹਨ। ਅਤੇ ਜਿਨ੍ਹਾਂ ਨੇ ਪ੍ਰਤੱਖ ਗੁਣ ਧਾਰਨ ਕੀਤੇ, ਸਤ ਸੰਤੋਖ ਦਇਆ ਧਰਮ ਇਤਿਆਦਿਕ, ਇਹ ਗੁਣ ਧਾਰਨ ਕਰਨ ਵਾਲੇ ਜਿਹੜੇ ਗੁਰਮੁਖ ਨੇ, ਅੰਕ ਸਮਾਨਿਆ, ਉਹ ਪਰਮਾਤਮਾ ਦੇ ਸਰੂਪ ਦੇ ਵਿੱਚ ਸਮਾ ਜਾਂਦੇ ਹਨ। ਪ੍ਰੀਤਮ ਗੁਣ ਅੰਕ ਸੁਣ ਪ੍ਰਭ ਬੰਕੇ ਦੁੱਧ ਮਹਾਰਾਜ ਕਹਿਣ ਲੱਗੇ, ਭਾਈ ਸੁਣ ਪ੍ਰਭ ਬੰਕੇ, ਇਹ ਸੁੰਦਰ ਪ੍ਰਭੂ ਪਰਮਾਤਮਾ ਮੇਰੀ ਬੇਨਤੀ ਸੁਣ। ਪ੍ਰੀਤਮ ਗੁਣ ਮੈਨੂੰ ਆਪ ਜੀ ਦੇ ਸ਼ੁਭ ਗੁਣ ਪ੍ਰਾਪਤ ਹੋਣ, ਅਤੇ ਫਿਰ ਅੰਕੇ ਕਹੀਏ ਮੈਂ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਣਾ ਕਰਾਂ। ਜਿਹੜਾ ਆਪ ਜੀ ਨੂੰ ਪਾਉਣਾ ਹੈ, ਚੰਗਾ ਲੱਗ ਜਾਣਾ, ਇਹੋ ਹੀ ਇਸ਼ਨਾਨ ਕਰਨਾ ਹੈ। ਲੋਕ ਜਾ ਕੇ ਤੀਰਥ 'ਤੇ ਇਸ਼ਨਾਨ ਕਰਦੇ, ਸੰਗਤ ਵਿੱਚ ਬੈਠ ਕੇ ਰੱਬ ਦੀ ਗੱਲ ਸੁਣਨੀ, ਰੱਬ ਨੂੰ ਚੰਗੇ ਲੱਗਣ ਲੱਗ ਪਈਏ, ਇਹੋ ਹੀ ਗੁਰਮੁਖੋ ਇਸ਼ਨਾਨ ਕਰਨਾ ਹੈ। ਉਹਨਾਂ ਗੁਰਮੁਖਾਂ ਦਾ ਇਸ਼ਨਾਨ ਹੋ ਗਿਆ ਹੈ। ਗੰਗ ਜਮਨ ਤਹਿਤ ਬੇਣੀ ਸੰਗਮ, ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ ਪਾਤਸ਼ਾਹ ਜੀ। ਪ੍ਰਾਗਰਾਗ 'ਤੇ ਉਹਨੂੰ ਕਿਹਾ ਜਿੱਥੇ ਗੰਗਾ ਜਮਨਾ ਅਤੇ ਸਰਸਤੀ ਇਕੱਠੀਆਂ ਹੋਣ, ਇਹ ਆਪ ਜੀ ਦੀ ਸੰਗਤ ਨੂੰ ਵੀ ਆਪ ਪ੍ਰਾਗਰਾਜ ਕਹਿੰਦੇ ਹੋ, ਪਰ ਇੱਥੇ ਇਹ ਤਿੰਨ ਇਕੱਠ ਕਿਹੜੇ ਨੇ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਗੰਗ ਤੋਂ ਲੈ ਲੈਣਾ ਗੁਰਮੁਖੋ ਭਗਤੀ, ਇਹ ਗੁਰੂ ਦੀ ਸੰਗਤ ਵਿੱਚ ਭਗਤੀ ਹੋ ਰਹੀ ਹੈ, ਇਹ ਪਹਿਲੀ ਨਦੀ ਚੱਲਦੀ ਪਈ ਹੈ, ਬੈਠ ਕੇ ਭਗਤੀ ਕਰਨੀ, ਬੈਠਣਾ ਵੀ ਤਾਂ ਭਗਤੀ ਹੈ ਨਾ, ਸੰਗਤ ਵਿੱਚ ਆ ਕੇ ਬੈਠ ਕੇ ਨਿਤਨੇਮ ਕਰਨਾ, ਗੁਰਬਾਣੀ ਪੜ੍ਹਨੀ, ਇਹ ਭਗਤੀ ਦੀ ਪਹਿਲੀ ਨਦੀ ਚੱਲਦੀ ਪਈ ਹੈ। ਦੂਜੀ ਨਦੀ ਜਿਹੜੀ ਜਿਸ ਨੂੰ ਜਮਨਾ ਕਿਹਾ ਹੈ, ਉਹ ਕਰਮ ਕਥਾ ਹੈ, ਇੱਥੇ ਕਰਮਾਂ ਦੀ ਕਥਾ ਚੱਲਦੀ ਹੈ, ਫਲਾਣੇ ਵਿਅਕਤੀ ਨੇ ਇਹ ਕਰਮ ਕੀਤਾ, ਉਹਨੂੰ ਇਹ ਫਲ ਮਿਲਿਆ ਹੈ, ਅਤੇ ਮਨੁੱਖ ਤੂੰ ਵੀ ਚੰਗਾ ਕਰਮ ਕਰੇਗਾ, ਤੈਨੂੰ ਚੰਗਾ ਫਲ ਮਿਲ, ਇਹ ਕਰਮ ਕਥਾ ਇਹ ਜਮਨਾ ਚੱਲਦੀ ਪਈ ਆ। ਤੀਜੇ ਨੰਬਰ 'ਤੇ ਗੁਰਮੁਖੋ ਸ੍ਰਸਤੀ ਕਿਹੜੀ ਹੈ, ਜਿਹੜੀ ਬ੍ਰਹਮ ਵਿੱਦਿਆ ਦੀ ਪ੍ਰਾਪਤੀ ਹੋ ਜਾਣੀ, ਬ੍ਰਹਮ ਵਿੱਦਿਆ ਗੁਰਬਾਣੀ ਦੀ ਪ੍ਰਾਪਤੀ ਹੋਣੀ, ਪੜ੍ਹਨ ਦੀ ਸਮਰੱਥਾ ਬਲ ਬੁੱਧੀ ਮਹਾਰਾਜ ਬਖਸ਼ਿਸ਼ ਕਰ ਦੇਣ, ਇਹ ਸ੍ਰਸਤੀ ਹੈ। ਔਰ ਇਹ ਤਿੰਨੇ ਨਦੀਆਂ ਗੁਰੂ ਦੀ ਸੰਗਤ ਵਿੱਚ ਚੱਲਦੀਆਂ ਪਈਆਂ, ਕਦੇ ਗੁਰਮੁਖੋ ਸੰਗਤ ਵਿੱਚ ਬੈਠੇ ਹਾਂ ਆਪਾਂ ਕਥਾ ਸੁਣਦੇ ਹਾਂ ਭਗਤੀ ਦੀ ਕਥਾ ਹੁੰਦੀ ਹੈ, ਕਦੇ ਸੰਗਤ ਵਿੱਚ ਬੈਠਦੇ ਹਾਂ ਕਰਮ ਕਥਾ ਹੁੰਦੀ ਹੈ, ਕਦੇ ਆਪਾਂ ਸੰਗਤ ਵਿੱਚ ਬੈਠਦੇ ਅਤੇ ਗੁਰਮੁਖੋ ਉਸ ਵੇਲੇ ਇਹ ਗਿਆਨ ਦੀ ਕਥਾ ਹੁੰਦੀ ਹੈ। ਇਹ ਐਸੀਆਂ ਨਦੀਆਂ ਜਿਹੜੀਆਂ ਨੇ, ਐਸੀ ਦਾਤ ਜਿਹੜੀ ਉਹ ਮਹਾਰਾਜ ਬਖਸ਼ਦੇ ਹਨ। ਹਿੰਦੂ ਮਤ ਵਿੱਚ ਇਹ ਵਿਚਾਰ ਕੀਤਾ ਜਾਂਦਾ ਹੈ ਕਿ ਜੇ ਕੋਈ ਮਕਰ ਰਾਸ਼ੀ 'ਤੇ ਵੇ ਸੂਰਜ ਨੂੰ ਗ੍ਰਹਿਣ ਲੱਗਾ ਹੋਵੇ ਨਾ, ਉਦੋਂ ਜਿਹੜਾ ਪ੍ਰਾਗਰਾਜ 'ਤੇ ਇਸ਼ਨਾਨ ਕਰੇ, ਉਹ ਕਹਿੰਦੇ ਵੀ ਸੱਤਾਂ ਸਮੁੰਦਰਾਂ ਦੇ ਇਸ਼ਨਾਨ ਦਾ ਫਲ ਮਿਲਦਾ, ਇਹ ਸਨਾਤਨ ਮਤ ਵਾਲੇ ਮੰਨਦੇ। ਮਹਾਰਾਜ ਕਹਿੰਦੇ ਗੁਰਮੁਖਾ, ਇਹ ਸਤ ਸੰਤੋਖ ਦਇਆ ਧਰਮ ਵਿਚਾਰ ਵੈਰਾਗ ਗਿਆਨ, ਇਹ ਜਿਹੜੇ ਸਤ ਗੁਣ ਨੇ, ਇਹ ਗੁਰੂ ਰੂਪੀ ਸਮੁੰਦਰ ਤੋਂ ਪ੍ਰਾਪਤ ਹੁੰਦੇ ਨੇ,
ਸੱਤ ਵੀ ਗੁਰੂ ਕੋਲੋਂ ਮਿਲਦਾ, ਸੰਤੋਖ ਵੀ, ਧੀਰਜ ਵੀ, ਧਰਮ ਵੀ, ਵਿਚਾਰ ਵੀ, ਵਿਰਾਗ ਵੀ, ਗਿਆਨ ਵੀ। ਜਿਵੇਂ ਤੀਰਥ 'ਤੇ ਇਸ਼ਨਾਨ ਕੀਤਿਆਂ ਸੱਤਾਂ ਸਮੁੰਦਰਾਂ ਦੇ ਫਲ ਦਾ ਉਪਦੇਸ਼ ਮੰਨਿਆ ਹੈ, ਗੁਰੂ ਦੀ ਸੰਗਤ ਵਿੱਚ ਕਰੇਗਾ ਤਾਂ ਸੱਤ ਜਿਹੜੇ ਸ਼ੁਭ ਗੁਣ ਨੇ ਉਹ ਤੈਨੂੰ ਪ੍ਰਾਪਤ ਹੋ ਜਾਣੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਵਿਰਾਗ ਹੈ, ਵਿਵੇਕ ਹੈ, ਖੱਟ ਸੰਪਤੀ ਹੈ, ਮੋਖ ਇੱਛਾ ਹੈ, ਸ਼੍ਰਵਣ ਕਰਨਾ, ਮੰਨਣ ਕਰਨਾ, ਨਿਧਿਆਸਨ ਕਰਨਾ, ਇਹ ਸੱਤਾਂ ਗੁਣਾਂ ਦੀ ਪ੍ਰਾਪਤੀ ਤੈਨੂੰ ਹੁੰਦੀ ਹੈ। ਪੁੰਨ ਦਾਨ ਪੂਜਾ ਪਰਮੇਸ਼ਰ। ਗੁਰਮੁਖੋ, ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਨੂੰ ਸਾਰਿਆਂ ਥਾਵਾਂ ਦੇ ਉੱਪਰ ਜਾਣਨਾ ਹੈ, ਜਿਹੜਾ ਯੁੱਗਾਂ ਯੁੱਗਾਂ ਵਿੱਚ ਪਰਮੇਸ਼ਰ ਨੂੰ ਜਾਣਨਾ, ਸਤਯੁਗ ਵਿੱਚ ਵੀ ਉਹੀ ਹੈ, ਤ੍ਰੇਤੇ ਦੁਆਪਰ ਅਤੇ ਕਲਯੁੱਗ ਵਿੱਚ ਵੀ ਪਰਮੇਸ਼ਰ ਉਹੀ ਹੈ, ਜਿਹੜਾ ਯੁੱਗਾਂ ਯੁੱਗਾਂ ਵਿੱਚ ਪਰਮਾਤਮਾ ਨੂੰ ਜਾਣਨਾ ਹੈ, ਇਹੋ ਹੀ ਗੁਰਮੁਖੋ ਪੁੰਨ ਸਮੇਂ ਪੁੰਨ ਦਾਨ ਕਰਨਾ ਹੈ। ਪੁੰਨ ਅਤੇ ਦਾਨ ਦੇ ਦੋ ਅਰਥ ਕੀਤੇ ਵਿਦਵਾਨਾਂ ਨੇ। ਦਾਨ ਉਹ ਹੁੰਦਾ ਜਦੋਂ ਮਰਜ਼ੀ ਕਰ ਲਓ, ਤੁਹਾਡੀ ਜੇਬ ਵਿੱਚ ਪੈਸਾ ਹੈ ਜਾਂ ਤੁਹਾਡੇ ਕੋਲ ਕੋਈ ਅਨਾਜ ਹੈ, ਵਸਤਰ ਹੈ, ਜਦੋਂ ਮਰਜ਼ੀ ਦੇ ਦਿਓ ਕਿਸੇ ਨੂੰ, ਉਹ ਹੁੰਦਾ ਦਾਨ ਕੀਤਾ। ਪੁੰਨ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਵਿਸ਼ੇਸ਼ ਦਿਨ 'ਤੇ ਕੀਤਾ ਜਾਵੇ, ਵੀ ਅੱਜ ਪੁੰਨਿਆ ਹੈ, ਮੈਂ ਅੱਜ ਆਹ ਕੰਮ ਕਰਾਂਗਾ, ਅੱਜ ਸੂਰਜ ਗ੍ਰਹਿਣ ਲੱਗਾ ਹੈ ਅਤੇ ਅੱਜ ਮੈਂ ਦਾਨ ਕਰਾਂਗਾ, ਜਿਹੜਾ ਕਿਸੇ ਵਿਸ਼ੇਸ਼ ਦਿਨ 'ਤੇ ਕੀਤਾ ਜਾਵੇ ਉਹਨੂੰ ਪੁੰਨ ਕਹਿੰਦੇ ਨੇ, ਜਿਹੜਾ ਜਦੋਂ ਮਰਜ਼ੀ ਕੀਤਾ ਜਾਵੇ ਉਹਨੂੰ ਦਾਨ ਕਹਿੰਦੇ ਨੇ। ਮਹਾਰਾਜ ਕਹਿੰਦੇ, ਗੁਰੂ ਕਿਹਾ ਸਿੱਖਾ, ਇਹ ਜਿਹੜਾ ਪਰਮੇਸ਼ਰ ਨੂੰ ਸਾਰਿਆਂ ਥਾਵਾਂ 'ਤੇ ਪਰਿਪੂਰਨ ਜਾਣਨਾ ਹੈ ਨਾ, ਇਹੋ ਹੀ ਪੁੰਨ ਸਮੇਂ ਪੁੰਨ ਅਤੇ ਦਾਨ ਕਰਨਾ, ਇਹ ਸ਼ੁਭ ਗੁਣ ਹਨ। ਮਹਾਰਾਜ ਕਹਿੰਦੇ, ਸਤੋਗੁਣ ਰੂਪੀ ਜਿਹੜਾ ਮਾਘ ਦਾ ਮਹੀਨਾ ਹੈ, ਸ਼ਰਧਾ ਰੂਪੀ ਮਕਰ ਰਾਸ਼ੀ ਦੇ ਵਿੱਚ ਇਹ ਸੰਤਾਂ ਦੀ ਜਿਹੜੀ ਸੰਗਤ ਕਰਨੀ ਹੈ ਗੁਰਮੁਖੋ, ਇਹੋ ਹੀ ਪ੍ਰਾਗਰਾਗ ਰੂਪੀ ਤੀਰਥ ਹੈ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ। ਇਹੋ ਹੀ ਗੁਰਮੁਖੋ 68 ਤੀਰਥਾਂ ਦਾ ਇਸ਼ਨਾਨ ਕਰਨਾ ਹੈ, ਜੋ ਸਾਧੂ ਮਹਾਤਮਾ ਗੁਰਮੁਖਾਂ ਦੀ ਸੰਗਤ ਕਰਨੀ ਹੈ। ਰਸ ਕਹੀਏ ਆਨੰਦ ਰੂਪੀ ਰਸ ਉਹਨਾਂ ਨੇ ਨਿਸ਼ਚੇ ਕੀਤਾ ਹੈ, ਇਹੋ ਹੀ ਉਹਨਾਂ ਦਾ ਜਪ ਕਰਨਾ, ਇਹੋ ਹੀ ਤਪ ਕਰਨਾ, ਇਹੋ ਹੀ ਇਸ਼ਨਾਨ ਕਰਨਾ, ਇਹੋ ਹੀ 68 ਤੀਰਥਾਂ ਦਾ ਫਲ ਹੈ, ਜੋ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ। ਫਲਗੁਣ ਮਨ ਰਸੀ ਪ੍ਰੇਮ ਸੁਭਾਇਆ। ਮਹਾਰਾਜ ਫੱਗਣ ਦੇ ਮਹੀਨੇ ਵਿੱਚ ਕਹਿੰਦੇ, ਭਾਈ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਹੈ ਉਹ ਗੁਰਮੁਖ ਜਿਹੜੇ ਨੇ ਮਨ ਵਿੱਚ ਰਹਿਸੀ ਆਨੰਦ ਦੀ ਪ੍ਰਾਪਤੀ ਦੇ ਸਹਿਤ ਹੋਏ ਹਨ। ਰਹਿਸ ਭਇਆ ਆਪ ਗਵਾਇਆ। ਸੋ ਉਹਨਾਂ ਦੇ ਹਿਰਦੇ ਅੰਦਰ ਦਿਨੇ ਰਾਤ ਆਨੰਦ ਹੀ ਆਨੰਦ ਬਣਿਆ ਰਹਿੰਦਾ। ਮਹਾਰਾਜ ਕਿਹਨਾਂ ਦੇ ਬਣਿਆ ਰਹਿੰਦਾ? ਕਹਿੰਦੇ ਜਿਹਨਾਂ ਆਪ ਗਵਾਇਆ, ਜਿਨ੍ਹਾਂ ਨੇ ਹੰਕਾਰ ਦੂਰ ਕੀਤਾ ਹੈ। ਮਨ ਮੋਹ ਚੁਕਾਇਆ ਜਾਂ ਤਿਸ ਭਾਇਆ। ਜਿਹੜੇ ਪਰਮਾਤਮਾ ਨੂੰ ਭਾ ਗਿਆ ਗੁਰਮੁਖ, ਉਹਨਾਂ ਨੇ ਆਪਣੇ ਮਨ ਦਾ ਮੋਹ ਜਿਹੜਾ ਹੈ ਉਹ ਗੁਰੂ ਕਿਰਪਾ ਦੇ ਨਾਲ ਦੂਰ ਕਰ ਲਿਆ ਹੈ। ਐਸੇ ਗੁਰਮੁਖ ਹਨ ਜਿਨ੍ਹਾਂ ਨੇ ਮਨ ਵਿੱਚੋਂ ਮੋਹ ਚੁਕਾਇਆ, ਦੂਰ ਕੀਤਾ, ਉਹ ਪਰਮਾਤਮਾ ਨੂੰ ਪਾ ਜਾਂਦੇ ਹਨ। ਘਰ ਕਿਰਪਾ ਘਰ ਆਓ। ਉਹ ਫਿਰ ਬੇਨਤੀ ਕਰਦੇ ਹੈ, ਸਤਿਗੁਰੂ ਕਿਰਪਾ ਕਰੋ, ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਪ੍ਰਾਪਤ ਹੋਣਾ ਕਰੋ। ਬਹੁਤੇ ਵੇਸ ਕਰੀ ਫਿਰ ਬਾਜੋ। ਸਤਿਗੁਰੂ ਤੁਹਾਡੀ ਕਿਰਪਾ ਤੋਂ ਬਿਨਾਂ ਮੈਂ ਬਹੁਤੇ ਵੇਸ ਕੀਤੇ ਨੇ, ਬਹੁਤੇ ਕਰਮ ਕੀਤੇ ਨੇ, ਬਹੁਤੇ ਸਾਧਨ ਕਰ ਲਏ, ਪਰ ਜਿੰਨਾ ਚਿਰ ਤੁਹਾਡੀ ਕਿਰਪਾ ਨਹੀਂ ਹੁੰਦੀ ਹੈ। ਮਹਾਰਾਜ ਉਹਨਾਂ ਚਿਰ ਆਪ ਜੀ ਦੀ ਪ੍ਰਾਪਤੀ, ਮਹਿਲੀ ਕਹੀਏ ਮੈਂ ਜਗਿਆਸੂ ਇਸਤਰੀ ਨੂੰ ਆਪ ਜੀ ਦੀ, ਸੋ ਉਸ ਵੇਲੇ ਮਹਿਲੀ ਕਹੀਏ ਸਰੂਪ ਦੀ ਥਾਂ ਪ੍ਰਾਪਤ ਨਹੀਂ ਹੁੰਦੀ। ਜਿੰਨਾ ਚਿਰ ਤੁਸੀਂ ਕਿਰਪਾ ਨਹੀਂ ਕਰਦੇ
ਉਹਨਾਂ ਚਿਰ ਤੁਹਾਡੀ ਪ੍ਰਾਪਤੀ ਨਹੀਂ ਹੈ। ਹਰ ਡੋਰ ਰਸ ਪਾਟ ਪਟੰਬਰ ਪਿਰ ਲੋੜੀ ਸ਼ਿੰਗਾਰੀ। ਜਿਸ ਵੇਲੇ ਪਿਰ ਪਤੀ ਪਰਮਾਤਮਾ ਨੇ ਲੋੜੀ ਕਹੀਏ ਚਾਹਿਆ, ਜਿਸ ਵੇਲੇ ਪਰਮਾਤਮਾ ਨੇ ਚਾਹਿਆ ਨਾ ਕਿ ਇਹ ਜੀਵ ਦੇ ਉੱਪਰ ਕਿਰਪਾ ਕਰਨੀ ਹੈ, ਕਹਿਣ ਲੱਗੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਜਿਹੜਾ ਹਰ ਹਰ ਉਚਾਰਨਾ ਹੈ ਇਹ ਹਾਰ ਬਖਸ਼ਿਸ਼ ਕੀਤਾ ਹੈ। ਡੋਰੀ ਡੋਰ ਕਿਹੜੀ ਹੈ? ਜਿਹੜੀ ਬਿਰਤੀ ਲਗਾਉਣੀ ਹੈ, ਧਿਆਨ ਟਿਕਾਉਣਾ, ਇਹ ਡੋਰੀ ਪਾਈ ਹੈ। ਪਾਟ ਪਟੰਬਰ ਪ੍ਰੇਮ ਰੂਪੀ ਬਸਤਰ ਅਤੇ ਗਿਆਨ ਰੂਪੀ ਪਟੰਬਰ ਮਹਾਰਾਜ ਜੀ ਨੇ ਬਖਸ਼ਿਆ। ਇਸ ਤਰ੍ਹਾਂ ਮਹਾਰਾਜ ਦੀਆਂ ਨੇ ਪਿਰ ਲੋੜੀ ਜਦੋਂ ਪਰਮਾਤਮਾ ਨੇ ਚਾਹਿਆ ਅਤੇ ਸ਼ਿੰਗਾਰੀ ਇਹ ਮੈਨੂੰ ਸ਼ਿੰਗਾਰ ਬਖਸ਼ਿਸ਼ ਕੀਤੇ ਹਨ। ਨਾਨਕ ਮੇਲੇ ਗੁਰ ਆਪਣੇ, ਜਿਸ ਵੇਲੇ ਆਪਣੇ ਗੁਰਾਂ ਨੇ ਕਿਰਪਾ ਕੀਤੀ ਉਸ ਵੇਲੇ ਸਾਨੂੰ ਮਿਲਿਆ ਹੈ। ਘਰ ਵਾਰ ਪਾਇਆ ਨਾਰੀ, ਇਹ ਨਾਰੀ ਜਿਹੜੀ ਜੀਵ ਇਸਤਰੀ ਹੈ ਫਿਰ ਇਸਨੇ ਪਤੀ ਰੂਪ ਪਰਮਾਤਮਾ ਨੂੰ ਪਾ ਲਿਆ। ਕਦੋਂ ਪਾਇਆ? ਗੁਰ ਆਪਣੇ ਘਰ, ਜਦੋਂ ਗੁਰੂ ਪਾਤਸ਼ਾਹ ਨੇ ਆਪ ਮਿਹਰ ਕਰਕੇ ਆਪਣੇ ਘਰ ਵਿੱਚ ਬਖਸ਼ਿਸ਼ ਕੀਤੀ ਹੈ ਉਸ ਵੇਲੇ ਪਰਮਾਤਮਾ ਨਾਲ ਮੇਲ ਹੋਇਆ ਹੈ। ਇਹ ਦਸ ਮਹਾਰੁਤੀ ਤਿਥੀ ਵਾਰ ਭਲੇ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਆਏ ਸਹਿਜ ਮਿਲੇ। ਜਿਸ ਵੇਲੇ ਸੁਤੇ ਸਿਹਦੀ ਸਤਿਗੁਰੂ ਆ ਕੇ ਮਿਲੇ ਨਾ, ਕਿਰਪਾ ਕੀਤੀ ਹੈ, ਉਸ ਵੇਲੇ ਕੀ ਹੋਇਆ? ਬੇ ਦਸ, ਦਸ ਅਤੇ ਇਸੇ ਤਰ੍ਹਾਂ ਬੇ ਤੋਂ ਭਾਵ ਹੈ ਦੋ, ਦਸ ਅਤੇ ਦੋ ਇਹ ਹੋ ਗਿਆ ਬਾਰਾਂ। ਇਹ ਬਾਰਾਂ ਮਹੀਨੇ ਜਿਹੜੇ ਨੇ ਉਹ ਗੁਰਮੁਖਾਂ ਦੇ ਸਫਲੇ ਹੋ ਗਏ। ਇਸੇ ਤਰ੍ਹਾਂ ਬੇ ਦਸ ਮਾਂ, ਮਾਂ ਮਹੀਨੇ, ਦਸ ਅਤੇ ਦੋ ਬਾਰਾਂ, ਇਹ ਬਾਰਾਂ ਮਹੀਨੇ ਗੁਰਮੁਖਾਂ ਦੇ ਸਫਲੇ ਹਨ। ਤਿਥੀ ਵਾਰ ਭਲੇ, ਇਸੇ ਤਰ੍ਹਾਂ ਰੁੱਤੀ ਤੋਂ ਭਾਵ ਜਿਹੜੀਆਂ ਛੇ ਰੁੱਤਾਂ ਹਨ ਜਿਨ੍ਹਾਂ ਦਾ ਜ਼ਿਕਰ ਆਉਂਦਾ, ਬਸੰਤ ਹੈ, ਇਹ ਗ੍ਰੀਖਮ ਹੈ, ਇਹ ਪਾਵਸ ਹੈ, ਇਹ ਸਰਦ ਰੁੱਤ ਹੈ, ਇਹ ਪਤਝੜ ਹੈ, ਇਹ ਜਿਹੜੀਆਂ ਛੇ ਰੁੱਤਾਂ ਦਾ ਜ਼ਿਕਰ ਆਉਂਦਾ, ਗੁਰਮੁਖਾਂ ਦੀਆਂ ਰੁੱਤਾਂ ਵੀ ਸਫਲੀਆਂ ਨੇ। ਅਤੇ ਇਸੇ ਤਰ੍ਹਾਂ ਥਿੱਤੀ, ਜਿਹੜੀਆਂ 15 ਥਿੱਤਾਂ ਨੇ, ਏਕਮ ਹੈ, ਦੂਜ ਹੈ, ਤੀਜ ਹੈ, ਇਹ 15 ਥਿੱਤਾਂ ਵੀ ਉਹਨਾਂ ਗੁਰਮੁਖਾਂ ਦੀਆਂ ਸਫਲੀਆਂ ਹਨ। ਘੜੀ ਮੂਰਤ ਪਲ ਸਾਚੇ ਆਏ, ਵਾਰ ਭਲੇ ਜਿਹੜੇ 7 ਵਾਰ ਨੇ, ਸੋਮਵਾਰ, ਮੰਗਲਵਾਰ, ਬੁੱਧਵਾਰ, ਇਹ ਵਾਰ ਵੀ ਉਹਨਾਂ ਦੇ ਭਲੇ ਕਹੀਏ ਸਫਲੇ ਨੇ, ਇਹ 7 ਵਾਰ ਵੀ ਉਹਨਾਂ ਦੇ ਸਫਲੇ, 15 ਥਿੱਤਾਂ ਵੀ ਉਹਨਾਂ ਦੀਆਂ ਸਫਲੀਆਂ, ਇਸੇ ਤਰ੍ਹਾਂ ਉਹਨਾਂ ਦੇ ਮਹੀਨੇ ਵੀ ਸਫਲੇ, ਇਹ ਸਾਰੇ ਸਫਲੇ ਹੋ ਜਾਂਦੇ ਹਨ। ਮੂਰਤ ਪਲ ਸਾਚੇ, ਗੁਰਮੁਖੋ ਘੜੀ ਕਹਿੰਦੇ ਨੇ 24 ਮਿੰਟ ਦਾ ਸਮਾਂ, ਇਹ ਵੀ ਸਫਲਾ ਹੈ। ਮੂਰਤ ਕਹਿੰਦੇ 2 ਘੜੀਆਂ ਦਾ ਸਮਾਂ, 24 ਅਤੇ 24 48 ਮਿੰਟ ਦਾ ਸਮਾਂ, ਇਹ ਵੀ ਗੁਰਮੁਖਾਂ ਦਾ ਸਫਲਾ ਹੋ ਜਾਂਦਾ ਹੈ। ਸਹਿਜ ਮਿਲੇ, ਜਿਸ ਵੇਲੇ ਆ ਕੇ ਸਤਿਗੁਰਾਂ ਨੂੰ ਮਿਲੇ ਨਾ, ਗਿਆਨ ਦੀ ਪ੍ਰਾਪਤੀ ਹੋਈ, ਸੁਤੇ ਸਿੱਧੀ ਆ ਕੇ ਮਿਲੇ, ਗਿਆਨ ਦੀ ਪ੍ਰਾਪਤੀ ਹੋਈ, ਉਸ ਵੇਲੇ ਗੁਰਮੁਖ ਸਫਲੇ ਹੋ ਗਏ ਹਨ। ਮੇਰੇ ਪਿਆਰੇ ਕਾਰਜ ਸਾਰੇ, ਜਿਸ ਵੇਲੇ ਪਤੀ ਪਰਮਾਤਮਾ ਆ ਕੇ ਮਿਲੇ ਉਸ ਵੇਲੇ ਸਾਰੇ ਕਾਰਜ ਉਹਨਾਂ ਨੇ ਕਿਰਪਾ ਕਰਕੇ ਸਫਲੇ ਕਰ ਦਿੱਤੇ। ਕਰਤਾ ਸਭ ਜਾਣੈ, ਕਿਉਂਕਿ ਕਰਤਾ ਅਕਾਲ ਪੁਰਖ ਸਭ ਕੋਈ ਜਾਣਦਾ ਹੈ, ਉਹਦੇ ਤੋਂ ਗੱਲ ਕੋਈ ਲੁਕੀ ਹੋਈ, ਕੋਈ ਛੁਪੀ ਹੋਈ ਨਹੀਂ ਹੈ, ਸਭ ਕੁਝ ਅਕਾਲ ਪੁਰਖ ਜਾਣਦਾ ਹੈ, ਉਹਦੇ ਕੋਲੋਂ ਕੋਈ ਵੀ ਪਰਦਾ ਨਹੀਂ ਹੋ ਸਕਦਾ ਹੈ। ਸ਼ਿੰਗਾਰੀ ਤਿਸੈ ਪਿਆਰੀ, ਜਿਸ ਪਤੀ ਪਰਮਾਤਮਾ ਨੇ ਸਾਧਨਾ ਰੂਪੀ ਸ਼ਿੰਗਾਰ ਦੇ ਨਾਲ ਸਾਨੂੰ ਸ਼ਿੰਗਾਰਿਆ ਹੈ, ਉਹ ਫਿਰ ਸਤਿਗੁਰੂ ਐਸੀ ਕਿਰਪਾ ਕਰਦੇ ਹਨ। ਮਹਾਰਾਜ ਕਹਿਣ ਲੱਗੇ ਜਗਿਆਸੂ ਰੂਪੀ ਇਸਤਰੀ ਨੂੰ ਤਿਸੈ ਅਤੇ ਉਸੇ ਪਰਮਾਤਮਾ ਨੇ ਹੀ ਪਿਆਰੀ, ਪਰਮਾਤਮਾ ਨੂੰ ਪਿਆਰੀ ਲੱਗੀ ਹੈ, ਜਿਨ ਸ਼ਿੰਗਾਰੀ, ਜਿਸ ਪਰਮਾਤਮਾ ਨੇ ਕਿਰਪਾ ਕਰਕੇ ਸਾਧਨਾ ਰੂਪੀ ਸ਼ਿੰਗਾਰ ਬਖਸ਼ਿਸ਼ ਕੀਤਾ ਹੈ। ਸਾਧਨ ਕਰਨੇ, ਜਪ ਕਰਨਾ, ਤਪ ਕਰਨਾ,
ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਸੰਗਤ ਕਰਨੀ, ਸੇਵਾ ਕਰਨੀ, ਜਿਨ੍ਹਾਂ ਨੇ ਇਹ ਸ਼ਿੰਗਾਰ ਕੀਤੇ। ਮਹਾਰਾਜ ਕਹਿਣ ਲੱਗੇ ਤਿਸੇ ਪਿਆਰੀ, ਉਸੇ ਪਰਮਾਤਮਾ ਨੂੰ ਫਿਰ ਜੀਵ ਇਸਤਰੀ ਪਿਆਰੀ ਲੱਗਦੀ ਹੈ। ਅਤੇ ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ, ਉਹ ਰੰਗ ਕਹੀਏ ਫਿਰ ਆਨੰਦ ਨੂੰ ਪ੍ਰਾਪਤ ਕਰਦੇ। ਗੁਰੂ ਕੇ ਪਿਆਰੇ ਜਿਹੜੇ ਪਰਮਾਤਮਾ ਨੂੰ ਮਿਲ ਗਏ, ਉਹ ਆਨੰਦ ਦੀ ਪ੍ਰਾਪਤੀ ਕਰਦੇ ਹਨ। ਘਰ ਸੇ ਸੁਹਾਵੀ ਜਾ ਫਿਰ ਰਾਵੀ ਗੁਰਮੁਖ ਮਸਤਕ ਭਾਗ। ਮਹਾਰਾਜ ਕਹਿਣ ਲੱਗੇ ਭਾਈ, ਜਿਨ੍ਹਾਂ ਗੁਰਮੁਖਾਂ ਦੇ ਮੱਥੇ ਦੇ ਵੱਡੇ ਭਾਗ ਨੇ, ਕਿਉਂਕਿ ਭਾਗਾਂ ਬਿਨਾਂ ਦਾਤ ਨਹੀਂ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਭਾਗਾਂ ਬਿਨਾਂ ਸੰਗਤ ਨਹੀਂ ਹੈ। ਅੱਜ ਤੁਸੀਂ ਸੰਗਤ ਵਿੱਚ ਆ ਕੇ ਬੈਠੇ ਹੋ ਨਾ, ਬਾਣੀ ਸੁਣਦੇ ਪਏ ਹੋ, ਇਹ ਵੱਡੇ ਭਾਗ ਨੇ ਤਾਂ ਸੰਗਤ ਵਿੱਚ ਆਇਆ ਗਿਆ ਹੈ, ਭਾਗਾਂ ਬਿਨਾਂ ਸੰਗਤ ਵਿੱਚ ਨਹੀਂ ਆਇਆ ਜਾਂਦਾ। ਮਹਾਰਾਜ ਕਹਿਣ ਲੱਗੇ ਭਾਈ, ਗੁਰਮੁਖ ਮਸਤਕ ਭਾਗੋ, ਜਿਨ੍ਹਾਂ ਗੁਰਮੁਖਾਂ ਦੇ ਵੱਡੇ ਭਾਗ ਪ੍ਰਾਪਤ ਹੋਏ ਨਾ, ਉਹਨਾਂ ਨੇ ਕੀ ਪ੍ਰਾਪਤ ਕੀਤਾ ਹੈ? ਘਰ ਸੇਜ ਸੁਹਾਵੀ, ਗੁਰਮੁਖੋ ਉਹਨਾਂ ਦੇ ਸਰੀਰ ਘਰ ਦੇ ਵਿੱਚ ਇਹ ਸ਼ਰਧਾ ਅਤੇ ਅੰਤਹਿਕਨ ਰੂਪੀ ਸੇਜਾ ਜਿਹੜੀ ਹੈ ਉਹ ਸੁਹਾਵੀ ਕਹੀਏ ਸ਼ੋਭਨੀਕ ਹੋਈ ਹੈ। ਜਿਸ ਵੇਲੇ ਪਤੀ ਪਰਮਾਤਮਾ ਨੂੰ ਰਾਵੀ ਕਹੀਏ ਰਾਵਿਆ, ਉਹਦੇ ਆਨੰਦ ਨੂੰ ਜਿਸ ਵੇਲੇ ਗੁਰਮੁਖਾਂ ਨੇ ਮਾਣਿਆ ਹੈ। ਅਤੇ ਗੁਰਮੁਖ ਮਸਤਕ ਭਾਗੋ, ਉਹ ਜਿਹੜੇ ਗੁਰਮੁਖ ਨੇ ਉਹਨਾਂ ਦੇ ਮੱਥੇ ਦੇ ਵੱਡੇ ਭਾਗ ਪ੍ਰਾਪਤ ਹੋਏ, ਉਹਨਾਂ ਨੂੰ ਇਹ ਦਾਤ ਮਿਲੀ ਹੈ। ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਉਹ ਜੁਗਿਆਸੂ ਰੂਪ ਇਸਤਰੀ ਜਿਹੜੀ ਹੈ ਉਹ ਸਾਧਨਾ ਦੇ ਨਾਲ ਇਹ ਨਿਸ ਦਿਨੇ ਰਾਤ ਪਤੀ ਪਰਮਾਤਮਾ ਨੂੰ ਰਾਵੇ ਕਹੀਏ ਮਾਣਦੀ ਹੈ, ਉਹਦੇ ਆਨੰਦ ਨੂੰ ਲੈਂਦੀ ਹੈ। ਹਰ ਵਾਰ ਥਿਰ ਸੁਹਾਗੋ, ਕਿਉਂਕਿ ਉਹ ਜਿਹੜਾ ਸੁਹਾਗ ਹੈ ਨਾ ਪਰਮਾਤਮਾ, ਉਹ ਸਦਾ ਥਿਰ ਰਹਿਣ ਵਾਲਾ, ਪਰਮਾਤਮਾ ਸਦਾ ਹੀ ਰਹਿਣ ਵਾਲਾ ਹੈ, ਨਾ ਕਦੇ ਆਉਂਦਾ ਨਾ ਜਾਂਦਾ, ਥਾਪਿਆ ਨਾ ਜਾਏ ਕੀਤਾ ਨਾ, ਉਹ ਸਦਾ ਰਹਿਣ ਵਾਲਾ ਹੈ। ਜਿਹੜਾ ਥਿਰ ਹੈ ਨਾ, ਉਹ ਜਿਨ੍ਹਾਂ ਨੇ ਉਸ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਆਪਣਾ ਸੁਹਾਗ ਬਣਾ ਲਿਆ ਹੈ, ਐਸਾ ਵਰ ਜਿਨ੍ਹਾਂ ਨੇ ਪਾਇਆ ਹੈ, ਉਸ ਪ੍ਰੀਤਮ ਪਿਆਰੇ ਦੇ ਜਿਹੜੇ ਹਨ ਉਹ ਪ੍ਰਾਪਤੀ ਵਾਲੇ ਗੁਰਮੁਖ ਬਣੇ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇਹ 12 ਮਾਹ ਗੁਰਬਾਣੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਜੋ ਬਖਸ਼ੀ ਹੈ, ਇਹ ਉਸਦੀ ਵਿਚਾਰ ਆਪਾਂ ਸਰਵਣ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਤਰ੍ਹਾਂ ਦੇ 12 ਮਾਹ ਮਹਾਰਾਜ ਨੇ ਲਿਖੇ ਨੇ। ਇੱਕ 12 ਮਾਹ ਗੁਰੂ ਨਾਨਕ ਸਾਹਿਬ ਨੇ ਉਚਾਰੇ ਤੁਖਾਰੀ ਰਾਗ ਦੇ ਅੰਦਰ, ਜੋ ਕਿ 1107 ਅੰਗ ਦੇ ਉੱਪਰ ਮਹਾਰਾਜ ਨੇ ਬਾਣੀ ਲਿਖੀ ਹੈ। ਅਤੇ 1 12 ਮਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਮਾਹ ਰਾਗ ਦੇ ਵਿੱਚ 133 ਅੰਗ ਦੇ ਉੱਪਰ ਮਹਾਰਾਜ ਨੇ ਬਾਣੀ ਲਿਖੀ ਹੈ। 1 12 ਮਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰੇ ਨੇ, 2 ਦਸਮ ਗ੍ਰੰਥ ਦੀ ਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਲਿਖੇ ਨੇ। ਇਸ ਤਰ੍ਹਾਂ ਇਹ 12 ਮਾਹ, ਮਾਹ ਨਾਮ ਹੈ ਮਹੀਨੇ ਦਾ ਅਤੇ 12 ਨਾਮ ਹੈ ਗਿਣਤੀ ਦਾ। ਇਹ 12 ਮਹੀਨਿਆਂ ਦੀ ਜਿਹੜੀ ਗਿਣਤੀ ਹੈ ਉਹਦਾ ਉਪਦੇਸ਼ ਮਹਾਰਾਜ ਨੇ ਸਾਨੂੰ ਬਖਸ਼ਿਆ ਵੀ ਇਹ ਮਹੀਨੇ ਕਿਸ ਤਰ੍ਹਾਂ ਸਫਲੇ ਕਰਨੇ, ਨਾਮ ਜਪ ਕੇ, ਬਾਣੀ ਪੜ੍ਹ ਕੇ। ਇਹ ਦਾਤਾਂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਜੋ ਸੱਜਣ ਅਸੀਂ ਸੜੀਆਂ, ਜੋ ਵੈ ਸਾਹਿਬ ਸਿਉ ਮੇਲ ਸੇ ਸੁਹਾਵੀ ਜਾ ਪੇ ਰਾਵੀ ਗੁਰਮੁਖ ਮਸਤਕ ਭਾਗੋ ਨਾਨਕ ਐਨ ਸਰਾਵਾ ਪ੍ਰੀਤਮ ਹਰ ਵਾਰ ਥਿਰ ਸੁਹਾਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।